ਸਤਨਾਮ ਜੀ, ਪ੍ਰੋਗਰਾਮ ਬਾਣੀਆਂ ਕਹਾਣੀਆਂ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ। ਇੱਕ ਵਾਰੀ ਫਿਰ ਤੋਂ ਅੱਜ ਅਸੀਂ ਜਪਜੀ ਸਾਹਿਬ ਦੀ ਅਗਲੀ ਪੌੜੀ ਦੀ ਗੱਲ ਕਰਦੇ ਹਾਂ, ਅਸੰਖ ਨਾਂਵ ਅਸੰਖ ਥਾਂਵ। ਦਿਸ ਪੌੜੀ ਇਜ਼ ਆਲਸੋ ਨੋਨ ਐਜ਼ ਮੰਤਰਾ ਫੋਰ ਨੌਲੇਜ। ਅਤੇ ਇਸ ਪੌੜੀ ਬਾਰੇ ਗੱਲਬਾਤ ਕਰਨਗੇ ਮੇਰੇ ਨਾਲ ਮਿਸਟਰ ਮਨਮੋਹਨ ਸਿੰਘ ਸਮਰਾ ਜੀ। ਮਿਸਟਰ ਸਮਰਾ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ। ਮਿਸਟਰ ਸਮਰਾ, ਅਗਲੀ ਪੌੜੀ ਹੈ ਜਿਹੜੀ ਅਸੰਖ ਨਾਂਵ ਅਸੰਖ ਥਾਂਵ, ਇਹਦੇ 'ਚ ਬਾਬੇ ਨੇ ਅਸੰਖ ਥਾਵਾਂ ਅਤੇ ਅਸੰਖ ਨਾਵਾਂ ਦੀ ਗੱਲ ਕੀਤੀ ਆ। ਇੱਕ ਮੈਨੂੰ ਪੜ੍ਹਦੇ ਪੜ੍ਹਦੇ ਗੱਲ ਯਾਦ ਆਈ ਕਿ ਵਿਸ਼ਨੂੰ ਸਹਸਤ੍ਰ ਨਾਮ ਇੱਕ ਸ਼ਾਸਤਰ ਆ, ਹਿੰਦੂ ਸ਼ਾਸਤਰ, ਜਿਹੜਾ ਬਿਲਕੁਲ ਨਾ ਹੀ ਨੇ ਉਹਦੇ ਵਿੱਚ, ਹੈ ਨਾ। ਸੋ ਇਹਦੇ ਵਿੱਚ ਵੀ ਬਾਬੇ ਨੇ ਅਸੰਖ ਨਾਵਾਂ ਅਤੇ ਅਸੰਖ ਥਾਵਾਂ ਦੀ ਗੱਲ ਕੀਤੀ ਹੈ ਜੀ। ਇਹ ਜਿਹੜੀ ਪੌੜੀ ਹੈ ਜੀ, ਪਹਿਲਾਂ ਪਿਛਲੀਆਂ ਪੌੜੀਆਂ ਦੇ ਵਿੱਚ ਪਰਮਾਤਮਾ ਦੀ ਕੁਦਰਤ ਦਾ ਜ਼ਿਕਰ ਹੋ ਰਿਹਾ ਸੀ ਜੀ। ਇਹ ਪੌੜੀ ਦੇ ਵਿੱਚ ਜਾ ਕੇ ਮਹਾਰਾਜ ਚੇਂਜ ਕਰਕੇ ਨਾਲ ਦੀ ਨਾਲ ਹੁਣ ਪਰਮਾਤਮਾ ਦੀ ਗੱਲ ਕਰਦੇ ਆ। ਸ਼ੁਰੂ ਕਰਦੇ ਕੁਦਰਤੀ ਗੱਲ ਤੋਂ, ਪਰ ਮਿਡਲ 'ਚ ਜਾ ਕੇ ਚੇਂਜ ਹੋ ਜਾਂਦਾ, ਫਿਰ ਪਰਮਾਤਮਾ ਦੀ ਗੱਲ ਕਰਦੇ ਆ। ਹੁਣ ਉਹ ਕਹਿ ਰਹੇ ਆ ਕਿ ਅਸੰਖ ਨਾਵ ਅਸੰਖ ਥਾਵ, ਨਾ ਮੀਨਸ ਨਾਂ। ਜਦੋਂ ਕੋਈ ਚੀਜ਼ ਮਨੁੱਖ ਨੇ ਤਰੱਕੀ ਕੀਤੀ ਤਾਂ ਸਭ ਤੋਂ ਪਹਿਲਾਂ ਉਹਨੇ ਇੱਕ ਦੂਜੇ ਦੇ ਨਾਂ ਰੱਖ ਲਏ। ਉਹ ਤੋਂ ਪਹਿਲਾਂ ਜੇ ਆਪਾਂ ਪਿਛਲੇ ਪੱਥਰ ਯੁੱਗ ਜਾਈਏ, ਕਿਸੇ ਦਾ ਕੋਈ ਨਾਂ ਨਹੀਂ ਸੀ ਹੁੰਦਾ, ਪਤਾ ਹੀ ਨਹੀਂ ਚੱਲਦਾ ਕੌਣ ਕਿਹਦੀ ਗੱਲ ਹੋ ਰਹੀ ਆ। ਜਦੋਂ ਹੀ ਲੈਂਗੁਏਜ ਹੋਣ 'ਚ ਆਈ ਆ, ਇਹ ਪੌੜੀ ਦੇ ਵਿੱਚ ਐਕਚੁਲੀ ਨਾ ਜੀ ਭਾਸ਼ਾ ਦੀ ਬਹੁਤ ਵੱਡੀ ਗੱਲ ਹੋਣੀ ਹੈ ਇਸ ਪੌੜੀ ਦੇ ਵਿੱਚ, ਕਿ ਭਾਸ਼ਾ ਕਿੰਨੀ ਇੰਪੋਰਟੈਂਟ ਚੀਜ਼ ਆ। ਪਸ਼ੂਆਂ ਅਤੇ ਬੰਦਿਆਂ ਦੇ ਵਿੱਚ ਫਰਕ ਭਾਸ਼ਾ ਕਰਕੇ ਹੀ ਆ। ਪਸ਼ੂਆਂ ਕੋਲ ਭਾਸ਼ਾ ਹੈ ਨਹੀਂ, ਉਹ ਕਿਸੇ ਹੋਰ ਦੀ ਬਾਰੇ ਤੁਹਾਨੂੰ ਸਮਝਾ ਨਹੀਂ ਸਕਦੇ। ਮਨੁੱਖ ਕੋਲ ਹੁਣ ਇੰਨੀ ਗਿਆਨ ਹੋ ਗਿਆ ਕਿ ਉਹ ਦੂਜਿਆਂ ਬਾਰੇ ਸਮਝਾ ਸਕਦੇ, ਅਤੇ ਇਹੀ ਇੱਕ ਰੀਜ਼ਨ ਆ ਕਿ ਦੁਨੀਆਂ ਦੇ ਹਰ ਹਿੱਸੇ 'ਚ ਰਹਿਣ ਵਾਲੇ ਲੋਕਾਂ ਦੀ ਕੋਈ ਨਾ ਕੋਈ ਭਾਸ਼ਾ ਹੈਗੀ ਆ। ਇੱਕ ਚੀਜ਼ ਕੌਮਨ ਆ, ਸਾਰਿਆਂ 'ਚ ਡਿਫਰੈਂਟ ਭਾਸ਼ਾ ਹੋ ਸਕਦੀ ਹੈ ਪਰ ਹੈਗੀ। ਸੋ ਮਨੁੱਖ ਸਭ ਤੋਂ ਪਹਿਲਾਂ, ਸਾਡੇ ਘਰੇ ਬੱਚਾ ਜਨਮ ਲੈਂਦਾ, ਸਭ ਤੋਂ ਪਹਿਲਾਂ ਅਸੀਂ ਪੁੱਛਦੇ ਹਾਂ ਕਿ ਨਾਂ ਕੀ ਰੱਖਿਆ, ਸਾਰੇ ਇਹੀ ਪੁੱਛਦੇ ਆ ਉਹਨੂੰ, ਹੈ ਨਾ। ਛੇਤੀ ਤੋਂ ਛੇਤੀ ਉਹਦਾ ਨਾਂ ਰੱਖਿਆ ਜਾਂਦਾ, ਉਹਦੀ ਇੱਕ ਆਈਡੈਂਟੀ ਬਣਾਉਣੀ ਪੈਂਦੀ ਆ, ਹੈ ਨਾ। ਹੁਣ ਮਹਾਰਾਜ ਕਹਿੰਦੇ ਦੁਨੀਆਂ ਦੇ ਵਿੱਚ ਲੋਕਾਂ ਦੇ ਅਸੰਖ ਹੀ ਅਣਗਿਣਤ ਨਾਂ ਨੇ, ਚੀਜ਼ਾਂ ਦੇ, ਥਾਵਾਂ। ਤੁਸੀਂ ਸੋਚੋ ਜੇ ਥਾਵਾਂ ਦੇ ਨਾਂ ਨਾ ਹੋਣ ਤਾਂ ਅਸੀਂ ਕੀ ਦੱਸਾਂਗੇ, ਕਿੱਥੇ ਜਾਣਾ, ਹੈ ਨਾ। ਨਾਂ ਬਹੁਤ ਵੱਡੀ ਚੀਜ਼ ਆ। ਜੇ ਦਰਖਤਾਂ ਦੇ, ਦਰਖਤ ਤਾਂ ਸਾਰੇ ਦਰਖਤ ਨੇ, ਪਰ ਅਸੀਂ ਉਹਨਾਂ ਦੇ ਫਿਰ ਨਾਂ ਰੱਖੇ ਅੱਗੇ ਤਾਂ ਕਿ ਆਈਡੈਂਟੀਫਾਈ ਹੋ ਸਕੇ ਉਹਨਾਂ ਦੀਆਂ ਸਪੀਸ਼ੀਜ਼ ਅੱਡ-ਅੱਡ ਨੇ। ਬਿਲਕੁਲ ਬਿਲਕੁਲ। ਹੁਣ ਨਾ ਜਿੱਥੇ ਨਾਂ ਵੱਖਰੇ ਵੱਖਰੇ ਨੇ, ਉੱਥੇ ਫਿਰ ਰੱਖਦੇ ਰੱਖਦੇ ਅਸੀਂ ਨਾਲ ਰੱਬ ਦੇ ਵੀ ਨਾਂ ਰੱਖ ਲਏ ਜੀ। ਬੰਦੇ ਦੇ ਰੱਖੇ, ਪ੍ਰਕਿਰਤੀ ਦੇ ਰੱਖੇ, ਫਿਰ ਰੱਬ ਦੇ ਨਾਂ ਰੱਖੇ। ਫਿਰ ਜਿਵੇਂ ਤੁਸੀਂ ਦੱਸਿਆ ਸਹਸਰਨਾਮਾ ਇੱਕ ਗ੍ਰੰਥ ਆ ਪੂਰਾ ਵੱਡਾ ਜੀ, ਉਹਦੇ ਵਿੱਚ ਪਰਮਾਤਮਾ ਦੇ ਨਾਵਾਂ ਦੀ ਜ਼ਿਕਰ ਆ। ਬਿਲਕੁਲ। ਜੇ ਉਹ ਕਿਰਪਾ ਕਰਦਾ ਤਾਂ ਕਿਰਪਾਲੂ ਆ, ਜੇ ਉਹ ਦਿਆਲਤਾ ਚਾਹੁੰਦਾ ਦਿਆਲੂ ਆ, ਇੱਦਾਂ ਅਸੀਂ ਉਹਦੇ ਨਾਂ ਰੱਖ ਲਏ। ਕਹਿੰਦੇ ਜੀ ਬਹੁਤੇ ਜਿਹੜੇ ਨਾਮ ਰੱਖੇ ਜਾਂਦੇ ਆ ਹਿਊਮਨਸ ਦੇ, ਜਦੋਂ ਆਪਾਂ ਰਿਲੀਜੀਅਸ ਪੁਆਇੰਟ ਆਫ ਵਿਊ ਤੋਂ ਦੇਖਦੇ ਹਾਂ, ਹਿੰਦੂਆਂ ਦੇ ਜਾਂ ਮੁਸਲਮਾਨਾਂ ਦੇ ਜਾਂ ਸਿੱਖਾਂ ਦੇ, ਉਹਨਾਂ ਦੇ ਨਾਮ ਉਸ ਬੇਸ 'ਤੇ ਰੱਖੇ ਜਾਂਦੇ ਆ ਕਿ ਕਿਹੜੇ ਰੱਬ ਨੂੰ ਮੰਨਦੇ ਆ। ਰੱਬ ਦੇ ਨਾਂ ਹੁੰਦੇ, ਮੁਸਲਮਾਨੇ ਤਾਂ ਨਾ ਹੀ ਰੱਬ ਦਾ ਹੀ ਹੁੰਦਾ, ਇੱਕ ਦੇ ਨਾਂ ਦੇ ਵਿੱਚ ਅੱਲਾਹ, ਮੁਹੰਮਦ, ਉਹ ਰੱਬ ਦਾ ਨਾਂ ਆ ਜਾਂਦਾ। ਹਿੰਦੂਆਂ ਦੇ ਵੀ ਰਾਮ, ਚੰਦ, ਕ੍ਰਿਸ਼ਨ, ਹੈ ਨਾ, ਆ ਜਾਂਦੇ। ਸਾਡੇ ਸਿੱਖਾਂ ਦੇ ਵੀ ਗੁਰਦੇਵ, ਸੁਖਦੇਵ, ਹੈ ਨਾ, ਜਿੰਨੇ ਵੀ ਨਾਂ ਹੋਣਗੇ ਉਹਦੇ 'ਚ ਰੱਬ ਦੀ ਝਲਕ ਕਿਤੇ ਨਾ ਕਿਤੇ ਹੁੰਦੀ ਹੁੰਦੀ ਆ। ਉਹ ਕਹਿੰਦੇ ਇੱਕ ਨਾ ਛੋਟੀ ਜਿਹੀ ਕਹਾਣੀ ਆ ਮੁੱਲਾ ਨਸਰੂਦੀਨ ਦੀ, ਉੱਦਾਂ ਐਗਜ਼ਾਮਪਲ ਦੇ ਕੇ ਲਿਖੀ ਹੋਈ ਆ ਕਿ ਉਹ ਕਿਸੇ ਦੇ ਘਰ ਨੌਕਰੀ ਕਰਦਾ ਸੀ ਤਾਂ ਉਹਦੇ ਓਨਰ ਨੂੰ ਨਾ ਬੇਪਤਾ, ਬੇਨਾਮ ਚਿੱਠੀਆਂ ਲਿਖਣ ਦੀ ਆਦਤ ਸੀ। ਚਿੱਠੀ ਨਹੀਂ ਜਿਹਨੂੰ ਪਾਉਣੀ ਉਹਦਾ ਤਾਂ ਨਾਮ ਲਿਖਣਾ ਪਰ ਆਪਣਾ ਨਹੀਂ ਪਾਇਆ। ਸੋ ਉਹਨੇ ਉਹਦਾ ਲਾਈਕ ਨਿਊਜ਼ ਪੇਪਰਾਂ ਨੂੰ, ਅਖਬਾਰਾਂ ਨੂੰ, ਟੀਵੀ ਵਾਲਿਆਂ ਨੂੰ, ਰਿਪੋਰਟਰਾਂ ਨੂੰ ਚਿੱਠੀਆਂ ਪਾ ਕੇ ਜਿਵੇਂ ਆਮ ਲੋਕਾਂ ਨੂੰ ਹੈਬਿਟ ਹੁੰਦੀ ਹੈ ਕੁਛ
ਜੀ ਦਾ ਪਤਾ ਵੀ ਪਤਾ ਗੁਪਤੇ ਰੱਖ ਕਹਿੰਦਾ ਇਹ ਕਿਵੇਂ ਕਹਿੰਦਾ ਹੋ ਸਕਦਾ ਤੁਸੀਂ ਰੱਬ ਨੂੰ ਭੇਜੀ ਹੋਵੇ ਚਿੱਠੀ ਜੀ ਉਹਦੀ ਤਾਂ ਪਤਾ ਹੀ ਨਹੀਂ ਕਿਸੇ ਨੂੰ ਉਹ ਇਹ ਕਹਿੰਦੇ ਕਿ ਅਸੀਂ ਅਸੰਖ ਲੋਕਾਂ ਦੇ ਨਾਮ ਨੇ ਅਸੰਖ ਥਾਵਾਂ ਦੇ ਵੀ ਨਾਮ ਨੇ ਅਤੇ ਪਰਮਾਤਮਾ ਦੇ ਵੀ ਅਸੰਖ ਨਾਮ ਨੇ ਪਰ ਅਸੀਂ ਉਹਨੂੰ ਕਿਹੜੇ ਨਾਮ ਨਾਲ ਜਪੀਏ ਕਿਹੜੇ ਨਾਮ ਨਾਲ ਯਾਦ ਕਰੇ ਕਿ ਜਿਹੜਾ ਸਾਡਾ ਜਪਣਾ ਆ ਜਿਹੜੀ ਸਾਡੀ ਚਿੱਠੀ ਆ ਉਹ ਸਹੀ ਪਤੇ 'ਤੇ ਪਹੁੰਚੇ ਪਰ ਇੱਕ ਗੱਲ ਹੋਰ ਬਹੁਤ ਇੰਪੋਰਟੈਂਟ ਹੈ ਜੀ ਨਾ ਕੋਈ ਬੁਰਾ ਨਹੀਂ ਜੀ ਸਾਨੂੰ ਕਿਸੇ ਨਾਂ ਨਾਲ ਨਫ਼ਰਤ ਨਹੀਂ ਕਰਨੀ ਚਾਹੀਦੀ ਜੇ ਅਸੀਂ ਮੰਨ ਲਓ ਅਸੀਂ ਰੱਬ ਨੂੰ ਵਾਹਿਗੁਰੂ ਕਹਿ ਕੇ ਯਾਦ ਕਰਦੇ ਹਾਂ ਜੀ ਤਾਂ ਸਾਨੂੰ ਰਾਮ ਕਹਿਣ ਵਾਲਿਆਂ ਨੂੰ ਕ੍ਰਿਸ਼ਨ ਕਹਿਣ ਵਾਲਿਆਂ ਨੂੰ ਅੱਲਾ ਕਹਿਣ ਵਾਲਿਆਂ ਲਈ ਸਾਡੇ ਮਨ 'ਚ ਗੋਡ ਕਹਿਣ ਵਾਲਿਆਂ ਲਈ ਕੋਈ ਨਫ਼ਰਤ ਨਹੀਂ ਚਾਹੀਦੀ ਸਾਨੂੰ ਇਹ ਚਾਹੀਦਾ ਭਾਈ ਇਹ ਹਿੰਦੀ 'ਚ ਨਾਂ ਉਹਦਾ ਆ ਉਹਦਾ ਅਰਬੀ 'ਚ ਨਾਂ ਅਤੇ ਆ ਉਹਦਾ ਇੰਗਲਿਸ਼ 'ਚ ਨਾਂ ਪੰਜਾਬੀ 'ਚ ਉਹਦਾ ਨਾਂ ਵਾਹਿਗੁਰੂ ਆ ਇਵੇਂ ਸਮਝਣਾ ਚਾਹੀਦਾ ਨਾਲ ਦੇ ਨਾਲ ਮਹਾਰਾਜ ਕਹਿੰਦੇ ਵੀ ਅਸੰਖ ਥਾਵਾਂ ਨੇ ਇਸ ਦੁਨੀਆਂ ਦੇ ਵਿੱਚ ਵੱਖਰੀਆਂ ਵੱਖਰੀਆਂ ਥਾਵਾਂ ਦੇ ਨਾਂ ਰੱਖ ਲਏ ਅਤੇ ਥਾਵਾਂ ਵੀ ਵੱਖਰੀਆਂ ਵੱਖਰੀਆਂ ਨੇ ਕਿੰਨੀ ਧਰਤੀ ਦੇ ਕਿੰਨੀਆਂ ਧਰਤੀਆਂ ਨੇ ਜਾਂ ਆਪਾਂ ਇਸ ਦੁਨੀਆਂ ਦੀ ਉਹ ਗੱਲ ਕਰ ਲਈਏ ਜੀ
ਤਾਂ ਇਹਦੇ ਵਿੱਚ ਕਿੰਨੀਆਂ ਵੱਖਰੀਆਂ ਵੱਖਰੀਆਂ ਥਾਵਾਂ ਨੇ, ਉਹਨਾਂ ਦੇ ਵੱਖਰੇ ਵੱਖਰੇ ਨਾਂ ਨੇ ਜੀ। ਬਿਲਕੁਲ। ਨਾਲ ਦੀ ਨਾਲ ਇੱਕ ਪੁਰਾਤਨ ਵਿਸ਼ਵਾਸ ਚੱਲਿਆ ਆਉਂਦਾ ਸੀਗਾ ਜੀ ਕਿ ਰੱਬ ਕਿੱਥੇ ਰਹਿੰਦਾ, ਉਹਦੇ ਲਈ ਗੁਰਬਾਣੀ ਦੇ ਵਿੱਚ ਇੱਕ ਸ਼ਬਦ ਹੈ ਕਿ ਉਹਦਾ ਟਿਕਾਣਾ ਕੀ ਆ। ਭਗਤ ਕਬੀਰ ਜੀ ਨੇ ਕਿਹਾ ਕਿ ਕਈ ਲੋਕ ਸਮਝਦੇ ਆ ਪੱਛਮ ਦੇਸ਼ ਹਰੀ ਦਾ ਬੱਸ ਆ, ਦੱਖਣ ਦੇਸ਼ ਹਰੀ ਦਾ ਬੱਸ ਆ ਜੀ। ਉਹ ਕਹਿੰਦੇ ਹਿੰਦੂ ਸਮਝਦੇ ਕਿ ਦੱਖਣ ਦੇ ਵਿੱਚ ਉਹ ਭਗਵਾਨ ਰਹਿੰਦਾ, ਉਹ ਸਾਰੇ ਕੰਮ ਦੱਖਣ ਵੱਲ ਮੂੰਹ ਕਰਕੇ ਕਰਦੇ, ਅਤੇ ਮੁਸਲਮਾਨ ਸੋਚਦੇ ਕਿ ਪੱਛਮ ਅਲੋ ਮਕਾਮ ਆ। ਉਹ ਕਹਿੰਦੇ ਸਾਡਾ ਰੱਬ ਮੱਕੇ ਪੱਛੋਂ ਦੇ ਵਿੱਚ ਰਹਿੰਦਾ, ਪੱਛਮ ਵਾਲੇ ਪਾਸੇ ਨੂੰ, ਉਹ ਸਾਰੀਆਂ ਮਸੀਤਾਂ ਦੇ ਮੂੰਹ ਉੱਧਰ ਨੂੰ ਹੁੰਦੇ ਆ, ਦੁਆ ਉੱਧਰ ਨੂੰ ਮੂੰਹ ਕਰਕੇ ਕਰਦੇ ਆ। ਹੁਣ ਉਹਨੇ ਇੱਕ ਥਾਂ ਮੁਕਰਰ ਕਰ ਲਏ ਕਿ ਇੱਕ ਇੱਕ ਧਰਮ ਕਹਿ ਰਿਹਾ ਕਿ ਰੱਬ ਇੱਧਰਲੇ ਪਾਸੇ ਰਹਿੰਦਾ, ਦੂਜਾ ਕਹਿੰਦਾ ਵੀ ਇੱਧਰਲੇ ਪਾਸੇ ਰਹਿੰਦਾ। ਬਿਲਕੁਲ। ਤਾਂ ਕਬੀਰ ਜੀ ਕਹਿੰਦੇ ਆ ਦਿਲ ਹੀ ਖੋਜ ਦਿਲੇ ਦਿਲ ਖੋਜੋ ਇਹੀ ਠੌਰ ਮੁਕਾਮ ਆ। ਉਹ ਕਹਿੰਦੇ ਥਾਵਾਂ 'ਚ ਕੁਛ ਨਹੀਂ ਪਿਆ, ਰੱਬ ਹਰ ਦਿਲ ਦੇ ਵਿੱਚ ਹਰ ਥਾਂ 'ਤੇ ਰਹਿੰਦਾ ਜੀ। ਬਿਲਕੁਲ। ਕਿ ਥਾਵਾਂ ਤੋਂ ਸਾਡੇ ਧਰਮ ਦੇ ਵਿੱਚ ਇਹ ਗੱਲ ਹੈ ਕਿ ਥਾਵਾਂ ਸਾਰੀਆਂ ਪਵਿੱਤਰ ਨੇ, ਕਿਸੇ ਥਾਂ ਨੂੰ ਅਸੀਂ ਮਾੜਾ ਨਹੀਂ ਕਹਿ ਸਕਦੇ ਜੀ। ਅਤੇ ਇੱਕ ਇੱਕ ਹੋਰ ਉਦਾਹਰਨ ਆ ਜਿਹੜੀ, ਕਬੀਰ ਜੀ ਕਹਿੰਦੇ ਵੀ ਕਾਸ਼ੀ 'ਚ ਉਹ ਸਾਰੀ ਉਮਰ ਰਹੇ, ਕਾਸ਼ੀ ਹਿੰਦੂਆਂ ਦਾ ਧਾਰਮਿਕ ਸ਼ਹਿਰ ਆ। ਜਦੋਂ ਨੇ ਉਮਰ ਵੱਡੀ ਹੋ ਗਈ, ਉਹਨਾਂ ਲੱਗਿਆ ਕਿ ਹੁਣ ਸਮਾਂ ਆ ਗਿਆ ਮੇਰਾ ਇੱਥੋਂ ਜਾਣ ਦਾ, ਤਾਂ ਇੱਕ ਵਿਸ਼ਵਾਸ ਪੁਰਾਤਨ ਤੋੜਨਾ ਚਾਹੁੰਦੇ ਸੀ। ਉੱਥੇ ਨਾਲੇ ਇੱਕ ਹੋਰ ਸ਼ਹਿਰ ਆ, ਉਹਨੂੰ ਮਗਹਰ ਕਹਿੰਦੇ ਆ ਜਾਂ ਹੜੰਬਾ ਕਹਿੰਦੇ ਆ, ਉਹਦੇ ਦੋ ਨਾਂ ਨੇ। ਅਤੇ ਹਿੰਦੂ ਧਰਮ 'ਚ ਵਿਸ਼ਵਾਸ ਸੀ ਵੀ ਜਿਹੜਾ ਹੜੰਬੇ ਜਾਂ ਮਗਹਰ ਦੇ ਵਿੱਚ ਮਰੂਗਾ ਵੀ ਉਹ ਗਧੇ ਦੀ ਜੁੰਨੀ 'ਚ ਪੈਂਦਾ, ਇੱਕ ਵਿਸ਼ਵਾਸ ਬਣਿਆ। ਤਾਂ ਕਬੀਰ ਜੀ ਸਾਰੀ ਉਮਰ ਕਾਸ਼ੀ ਰਹੇ, ਜਿਹੜਾ ਕਿ ਪਵਿੱਤਰ ਸ਼ਹਿਰ ਆ, ਜਿਹੜਾ ਕਾਸ਼ੀ ਜੀ ਕਹਿੰਦੇ ਮਰਦਾ ਉਹਨੂੰ ਮੁਕਤੀ ਮਿਲਦੀ ਆ, ਉਹ ਸਵਰਗਾਂ ਨੂੰ ਜਾਂਦਾ, ਜਿਹੜਾ ਮਗਰ ਮਰਦਾ ਉਹ ਗਧੇ ਜੂਨ 'ਚ ਮਿਲਦਾ। ਤਾਂ ਕਬੀਰ ਜੀ ਚੱਕ ਕੇ ਆਪਣਾ ਸਾਜੋ ਸਮਾਨ ਅਖੀਰਲੀ ਉਮਰ ਜਾ ਕੇ ਮਗਰ ਮੂਵ ਹੋ ਗਏ। ਉਹ ਕਹਿੰਦੇ ਕਬੀਰ ਜੀ ਥੋੜੀ ਮੱਤ ਮਾਰੀ ਗਈ ਵੀ ਤੁਸੀਂ ਸਾਰੀ ਉਮਰ ਕਾਸ਼ੀ 'ਚ ਰਹੇ ਹੋ, ਹੁਣ ਜੇ ਤੁਹਾਡਾ ਸਮਾਂ ਆਇਆ ਮਰਨ ਵਾਲਾ ਤੇ ਤੁਸੀਂ ਮਗਰ ਚਲੇ ਗਏ। ਉਹ ਕਹਿੰਦੇ ਵੀ ਜੇ ਕਾਸ਼ੀ ਦੀ ਮਹਾਨਤਾ ਸੀ ਤਾਂ ਮੈਂ ਰੱਬ ਦਾ ਨਾਂ ਕਾਹਤੇ ਜਪਦਾ ਸੀ ਫਿਰ, ਸਾਰੀ ਉਮਰ ਮੈਂ ਜਿਹਨੂੰ ਯਾਦ ਕੀਤਾ। ਉਹ ਕਹਿੰਦੇ ਹਰ ਕਾ ਸੰਤ ਮਰੇ ਹੜੰਬੇ ਸਗਲੀ ਸੈਨ ਤਰਾਈ, ਬਾਣੀ ਦੀ ਤੁਕਾ ਕਿ ਜੇ ਹਰੀ ਦਾ ਸੰਤ ਆ ਜਿਹੜਾ ਉਹਦੀ ਭਗਤੀ ਕਰਦਾ ਰਿਹਾ, ਜੇ ਉਹ ਹੜੰਬੇ 'ਚ ਮਰ ਜਾਵੇ ਉਹ ਇਕੱਲੇ ਹੀ ਨਹੀਂ ਤਰਦਾ, ਉਹਦੇ ਪਰਿਵਾਰ ਜਾਣ ਪਛਾਣ ਵਾਲੇ ਸਾਰੇ ਤਰ ਜਾਂਦੇ ਆ ਜੀ। ਥਾਂ ਨਾਲ ਕੁਛ ਨਹੀਂ ਹੁੰਦਾ, ਥਾਂ ਪਵਿੱਤਰ ਗੁਰਬਾਣੀ ਦੇ ਵਿੱਚ ਲਿਖੀ ਆ ਵੀ ਜਿੱਥੇ ਬਹਿ ਕੇ ਕੋਈ ਨਾਮ ਜਪਦਾ, ਜਿੱਥੇ ਉਹਦੇ ਪਿਆਰੇ ਬੈਠ ਕੇ ਸਤਸੰਗ ਕਰਦੇ, ਉਹ ਪਵਿੱਤਰ ਥਾਂ ਜੀ, ਅਤੇ ਉਹ ਕੋਈ ਵੀ ਹੋ ਸਕਦੀ ਆ। ਸੋ ਇੱਥੇ ਕਹਿ ਕੇ ਅਨੇਕਾਂ ਹੀ ਨਾਂ ਨੇ ਅਤੇ ਅਨੇਕਾਂ ਹੀ ਉਹਦੇ ਥਾਂ ਨੇ, ਅਗੰਮ ਅਗੰਮ ਅਸੰਖ ਲੋ। ਹੁਣ ਮਹਾਰਾਜ ਕੁਦਰਤ ਦੇ ਨਾਲ ਨਾਲ ਪਰਮਾਤਮਾ ਦਾ ਵੀ ਜ਼ਿਕਰ ਕਰਨਾ ਸ਼ੁਰੂ ਕਰ ਰਹੇ ਜੀ। ਉਹ ਕਹਿੰਦੇ ਵੀ ਉਹਦੇ ਜਿਹੜੇ ਬਣਾਏ ਹੋਏ ਲੋ ਨੇ, ਖੰਡ ਨੇ ਪ੍ਰਿਥਵੀ ਦੇ ਜੀ, ਉਹ ਅਗੰਮ ਹੁੰਦਾ ਪਹੁੰਚ ਤੋਂ ਬਾਹਰ ਜੀ। ਕੁਛ ਚੀਜ਼ਾਂ ਸਾਡੀ ਇੰਦਰੀਆਂ ਦੀ ਪਹੁੰਚ ਤੋਂ ਬਾਹਰ ਨੇ, ਅਸੀਂ ਅੱਖਾਂ ਨਾਲ ਨਹੀਂ ਵੇਖ ਸਕਦੇ ਜੀ, ਪਰ ਅਸੀਂ ਸੋਚ ਸਕਦੇ ਉਹਨਾਂ ਬਾਰੇ ਜੀ। ਪਰ ਕੁਛ ਚੀਜ਼ਾਂ ਸਾਡੀ ਸੋਚ ਤੋਂ ਵੀ ਪਰੇ ਨੇ। ਹੁਣ ਦੋ ਵਾਰੀ ਗੰਮ ਗੰਮ ਦਾ ਮਤਲਬ ਵੀ ਨਾ ਤਾਂ ਉਹ ਸਾਡੀ ਇੰਦਰੀਆਂ ਦੇ ਨੌਲੇਜ ਦੇ ਵਿੱਚ ਆ ਜੀ, ਅਤੇ ਨਾ ਹੀ ਸਾਡੀ ਸੋਚ ਦੇ ਦਾਇਰੇ ਦੇ ਵਿੱਚ ਆ, ਕਿਉਂਕਿ ਉਹਦੀਆਂ ਇੰਨੀਆਂ ਕੁ ਧਰਤੀਆਂ ਨੇ, ਇੰਨੇ ਕੁ ਖੰਡ ਬ੍ਰਹਿਮੰਡ ਨੇ ਜੀ। ਕਿ ਹੁਣ ਤਾਂ ਸਾਇੰਸ ਵੀ ਕਹਿੰਦੇ ਵੀ ਅਸੀਂ ਇੱਕ ਗਲੈਕਸੀ 'ਚ ਰਹਿ ਰਹੇ ਹਾਂ, ਇਹਦੇ ਵਿੱਚ ਆ ਸਾਰੇ ਤਾਰਾ ਮੰਡਲ ਸਾਰਾ ਕੁਛ ਜੀ। ਬਿਲਕੁਲ। ਇਹੋ ਜਿਹੀਆਂ ਕਹਿੰਦੇ ਪਤਾ ਨਹੀਂ ਗਲੈਕਸੀਆਂ ਕਿੰਨੀਆਂ ਗਲੈਕਸੀ ਹੋਣੀਆਂ। ਬਿਲਕੁਲ। ਇੱਥੇ ਨਾ ਆਚਾਰਿਆ ਰਜਨੀਸ਼ ਨੇ ਇੱਕ ਵਰਡ ਯੂਜ਼ ਕੀਤਾ, ਅਥਾਹ ਸ਼ਬਦ ਉਹਨਾਂ ਨੇ, ਕਿ ਅਥਾਹ ਪਰਮਾਤਮਾ। ਜਦੋਂ ਤੁਸੀਂ ਕਿਹਾ ਕਿ ਹੁਣ ਉਹਨਾਂ ਨੇ, ਬਾਬੇ ਨਾਨਕ ਨੇ ਜਿਹੜੀ ਨਾਲ ਦੀ ਨਾਲ ਇੰਪਲੀਮੈਂਟ ਗੱਲ ਕੀਤੀ ਆ ਪਰਮਾਤਮਾ ਦੀ, ਹੁਣ ਜਿਹੜੇ ਤਾਂ ਹਿਊਮਨਸ ਹੈਗੇ ਆ, ਮੈਨ ਮੇ ਜਿਵੇਂ ਇਨਸਾਨ ਹੈਗੇ ਜਾਂ ਕੁਦਰਤ ਹੈਗੇ ਆ, ਉਹਨਾਂ ਦਾ ਤਾਂ ਥਾਂ ਪਾਇਆ ਜਾ ਸਕਦਾ ਆ, ਕਿ ਉਹਨਾਂ ਦੀ ਸ਼ੁਰੂਆਤ ਵੀ ਸਾਨੂੰ ਪਤਾ ਹੁੰਦਾ, ਕਿਤੇ ਨਾ ਕਿਤੇ ਸਾਨੂੰ ਉਹਦੇ ਅੰਤ ਦਾ ਵੀ ਪਤਾ ਹੁੰਦਾ ਆ। ਹੁਣ ਪਰਮਾਤਮਾ ਦੇ ਸੰਬੰਧ ਦੇ ਵਿੱਚ ਇਹ ਗੱਲ ਕਹਿਣੀ ਬਹੁਤ ਮੁਸ਼ਕਿਲ ਆ ਕਿ ਉਹਦਾ ਥਾਂ ਪਾਇਆ ਜਾ ਸਕਦਾ, ਉਹਨੂੰ ਅਥਾਹ ਕਿਹਾ। ਹੁਣ ਦੇਖੋ ਐਗਜ਼ਾਮਪਲ ਦਿੰਦੇ ਹਾਂ, ਅਸੀਂ ਕਹਿੰਦੇ ਹਾਂ ਕਿ ਸਮੁੰਦਰ ਆ, ਕੋਈ ਇਨਸਾਨ ਸਮਝੋ ਸਮੁੰਦਰ ਦੇ ਕਿਨਾਰੇ ਖੜਾ ਆ, ਉਹ ਤਾਂ ਕਹਿੰਦਾ ਜੀ ਅਥਾਹ ਸਮੁੰਦਰ ਆ, ਉਹਦਾ ਫਰੇਜ਼ ਗਲਤ ਹੋ ਗਿਆ। ਸਮੁੰਦਰ ਦਾ ਅਥਾਹ ਨਹੀਂ ਹੈਗਾ, ਸਮੁੰਦਰ ਦਾ ਥਾਂ ਪਾਇਆ ਜਾ ਸਕਦਾ, ਸਮੁੰਦਰ ਨੂੰ ਉਹਦੀ ਜਿਹੜੀ ਡੂੰਘਾਈ ਆ ਉਹਨੂੰ ਮੈਜ਼ਰ ਕੀਤਾ ਜਾ ਸਕਦਾ। ਹਾਂ, ਉਹ ਇਨਸਾਨ ਆਪਣੇ ਲੈਵਲ 'ਤੇ ਕਹਿ ਸਕਦਾ ਕਿ ਮੈਂ ਸਮੁੰਦਰ ਦਾ ਥਾਂ ਨਹੀਂ ਪਾ ਸਕਦਾ ਜੀ, ਪਰ ਉਹ ਜਿਹੜਾ ਸਮੁੰਦਰ ਆ ਉਹ ਅਥਾਹ ਨਹੀਂ, ਉਹ ਥਾਂ ਹੈਗਾ ਆ। ਮੈਨੂੰ ਇਮੇਜਿਨ ਕਰੀ ਵੀ ਇੱਕ ਓਸ਼ਨ ਦੇ ਕੰਢੇ 'ਤੇ ਇੱਕ ਬੰਦਾ ਖੜਾ ਜੀ, ਬਿਲਕੁਲ, ਉੱਥੇ ਖੜਾ, ਉਹ ਕਹਿੰਦਾ ਵੀ ਜਿਹੜਾ ਆਹ ਸਮੁੰਦਰ ਆ ਇਹ ਅਥਾਹ, ਇਹਦਾ ਕੋਈ ਅੰਤ ਨਹੀਂ। ਬਿਲਕੁਲ ਜੀ। ਹੁਣ ਇਹਦਾ ਕੀ ਮਤਲਬ ਹੋਊਗਾ? ਦੋ ਮਤਲਬ ਨੇ, ਇੱਕ ਤਾਂ ਹੈਗਾ ਵੀ ਜਾਂ ਤਾਂ ਉਹ ਸਮੁੰਦਰ 'ਚ ਜਾ ਆਇਆ, ਉਹਨੇ ਆਪਦਾ ਜ਼ੋਰ ਜ਼ੋਰ ਆ ਕੇ ਦੇਖ ਰਿਹਾ, ਉਹਨੂੰ ਕਿਤੇ ਐਂਡ ਨਹੀਂ ਲੱਭਿਆ ਜੀ। ਹੁਣ ਉਹਨੇ ਆ ਕੇ ਕਹਿਤਾ ਵੀ ਇਹ ਅਥਾਹ,
ਹੁਣ ਇਹ ਸਟੇਟਮੈਂਟ ਵੀ ਝੂਠੀ ਆ ਕਿਉਂਕਿ ਉਹਨੇ ਆਪਣੇ ਲੈਵਲ ਤੇ ਦੱਸਿਆ, ਉਹਨੇ ਆਪਣਾ ਜ਼ੋਰ ਲਾਇਆ ਬਿਲਕੁਲ, ਹਨਾ। ਹੋ ਸਕਦਾ ਜਿੱਥੋਂ ਮੁੜਿਆ ਉਹ ਤੋਂ ਅੱਗੇ ਜਾ ਕੇ ਉਹਦਾ ਕੋਈ ਐਂਡ ਹੋਵੇ, ਹੋ ਸਕਦਾ ਦੋ ਚਾਰ ਸਟੈਪ ਹੀ ਗਾਹਾਂ ਤੁਰਦਾ ਉਹਦਾ ਅੰਤ ਪਾ ਲੈਂਦਾ ਉਹ, ਤਾਂ ਉਸੇ ਉਹ ਕਹਿ ਸਕਦਾ ਸੀਗਾ ਕਿ ਹੁਣ ਇਹਦਾ ਥਾਂ ਪਾਇਆ ਜਾ ਸਕਦਾ। ਪਰ ਜਿਹੜਾ ਪਰਮਾਤਮਾ ਆ ਉਹਦੇ ਉਹਦੇ ਮੈਟਰ 'ਚ ਅਸੀਂ ਕਹਿ ਸਕਦੇ ਹਾਂ ਕਿ ਉਹ ਅਥਾਹ ਆ, ਕਿਉਂਕਿ ਕਿਸੇ ਨੂੰ ਪਤਾ ਹੀ ਨਹੀਂ। ਹੁਣ ਉਹ ਦੂਜੀ ਐਗਜ਼ਾਮਪਲ ਇਹ ਵੀ ਹੋ ਸਕਦੀ ਹੈ, ਬੰਦਾ ਸਮੁੰਦਰ ਦੇ ਕੰਢੇ ਖੜਾ ਜੀ, ਅਤੇ ਉਹ ਸਮੁੰਦਰ 'ਚ ਗਿਆ ਹੀ ਨਹੀਂ, ਉਹ ਬਾਹਰ ਖੜਾ ਹੀ ਕਹਿ ਰਿਹਾ ਵੀ ਨਹੀਂ ਦੇਖਣ ਨੂੰ ਵੱਡਾ ਲੱਗ ਰਿਹਾ, ਤਾਂ ਇਹ ਤਾਂ ਬਹੁਤ ਵੱਡਾ ਵੀ ਇਹ ਅਥਾਹ, ਹਨਾ, ਉਹਦੀ ਸਟੇਟਮੈਂਟ ਵੀ ਗਲਤ ਆ ਬਿਲਕੁਲ, ਕਿਉਂਕਿ ਉਹ ਗਿਆ ਨਹੀਂ। ਪਰ ਪਰਮਾਤਮਾ ਦੇ ਬਾਰੇ 'ਚ ਨਾਲ ਜੇ ਆਪਾਂ ਇਹਨੂੰ ਇਵੇਂ ਦੇਖੀਏ, ਇੱਕ ਬੰਦਾ ਜਾਵੇ ਸਮੁੰਦਰ 'ਚ ਡੀਪ ਥੱਲੇ ਚੱਲ ਜਾਵੇ, ਉਹਨੂੰ ਐਂਡ ਪਤਾ ਲੱਗ ਜਾਵੇ ਜੀ, ਉਹਨੇ ਸਿਰਿਆ ਦੇਖ ਲਿਆ। ਹੁਣ ਜਿਵੇਂ ਪੈਸਿਫਿਕ ਓਸ਼ਨ 5 ਮੀਲ ਡੂੰਘਾ ਕਹਿੰਦੇ ਜੀ ਉਹ, ਹੁਣ ਜੇ ਬੰਦਾ 5 ਮੀਲ ਥੱਲੇ ਚੱਲ ਜਾਵੇ ਉਹ ਆ ਕੇ ਉਹਦੀ ਸਟੇਟਮੈਂਟ ਕੀ ਹੋਊਗੀ? ਉਹਗਾ ਮੈਂ ਸਮੁੰਦਰ ਦਾ ਥਾਂ ਪਾ ਲਿਆ, ਮੈਂ ਥਾਂ ਪਾ ਲਿਆ ਬਿਲਕੁਲ, ਹੈਨਾ। ਪਰ ਰੱਬ ਦੇ ਬਾਰੇ 'ਚ ਇਹ ਆ ਵੀ ਜੇ ਉਹ ਤੁਹਾਨੂੰ ਮਿਲ ਵੀ ਜਾਵੇ ਤਾਂ ਵੀ ਤੁਸੀਂ ਉਹਦਾ ਥਾਂ ਨਹੀਂ ਪਾਇਆ। ਇੱਥੇ ਸੌਰੀ ਮਿਸਟਰ ਸ਼ਰਮਾ, ਮੈਨੂੰ ਕੱਟਣਾ ਪੈਣਾ, ਤੁਹਾਨੂੰ ਬ੍ਰੇਕ ਦਾ ਸਮਾਂ ਹੋ ਗਿਆ ਜੀ, ਅਸੀਂ ਬ੍ਰੇਕ ਤੋਂ ਬਾਅਦ ਹੁਣੇ ਵਾਪਸ ਆਉਂਦੇ ਹਾਂ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਤੋਂ ਤੁਹਾਡੇ ਸਾਹਮਣੇ ਹਾਜ਼ਰ ਹਾਂ ਜੀ। ਮਿਸਟਰ ਸ਼ਰਮਾ, ਆਪਾਂ ਅਥਾਹ ਦੀ ਗੱਲ ਕਰ ਰਹੇ ਸੀ ਜੀ, ਪਰਮਾਤਮਾ ਦੇ ਬਾਰੇ ਦੇ ਵਿੱਚ ਕੋਈ ਵੀ ਸਟੇਟਮੈਂਟ ਦੇਣੀ ਹੈ ਜਿਹੜੀ ਜੀ, ਜੀ ਹੈਨਾ, ਉਹ ਠੀਕ ਨਹੀਂ ਹੈਗੀ। ਬਿਲਕੁਲ, ਜਿਵੇਂ ਆਪਾਂ ਪਿਛਲੇ ਐਪੀਸੋਡ 'ਚ ਸ਼ਾਇਦ ਗੱਲ ਕਰ ਰਹੇ ਸੀਗੇ ਕਿ ਮੈਂ ਹੀ ਕਿਹਾ ਸੀਗਾ ਕਿ ਨਿਊਮੈਰਿਕਸ ਜਿਹੜੇ ਨੰਬਰ ਹੁੰਦੇ ਆ ਇੱਕ ਤੋਂ ਸ਼ੁਰੂ ਹੁੰਦੇ ਆ ਪਰ ਉਹ ਕਿਤੇ ਜਾ ਕੇ ਖਤਮ ਨਹੀਂ ਹੁੰਦੇ, ਹੋ ਸਕਦਾ ਹੁੰਦੇ ਹੋਣ, ਅਸੀਂ ਤਾਂ ਕਦੇ ਗਿਣ ਕੇ ਨਹੀਂ ਦੇਖੇ ਉਹ। ਬਿਲਕੁਲ ਬਿਲਕੁਲ, ਹੁਣ ਮਹਾਰਾਜ ਕਹਿੰਦੇ ਆ ਕਿ ਸੰਖ ਕਹੇ ਸਰਪਾਰ ਹੋਏ, ਕਹਿੰਦੇ ਜਿਹੜਾ ਵੀ ਬੰਦਾ ਪਰਮਾਤਮਾ ਬਾਰੇ ਕੋਈ ਸਟੇਟਮੈਂਟ ਦੇਣੀ ਜਾਊਗਾ ਉਹਦੇ ਸਿਰ 'ਤੇ ਭਾਰ ਹੋਣਾ, ਉਹਦੀ ਕੁਦਰਤ ਨੂੰ ਅਸੰਖ ਕਿਹਾ ਜਾ ਸਕਦਾ ਕਿਉਂਕਿ ਉਹਦੀ ਕੁਦਰਤ ਹੈ ਜਿਹੜੀ ਉਹ ਵੀ ਗਿਣਤੀ ਤੋਂ ਬਾਹਰ ਆ ਜੀ। ਪਰ ਪਰਮਾਤਮਾ ਬਾਰੇ ਤਾਂ ਇਹ ਕਹਿਣਾ ਕਿ ਉਹ ਗਿਣਤੀ ਤੋਂ ਬਾਹਰ ਆ ਜੀ, ਕਿਉਂਕਿ ਗਿਣਤੀ ਫਿਰ ਮਨੁੱਖ ਦੀ ਬਣਾਈ ਹੋਈ ਆ ਜੀ। ਤੁਸੀਂ ਪੁਰਾਤਨ ਸਮੇਂ ਦੇਖਿਆ ਹੋਣਾ, ਮੈਂ ਖੁਦ ਦੇਖਿਆ ਪੁਰਾਣੇ ਬਜ਼ੁਰਗ ਨਾ ਜਦੋਂ ਤੱਕੜੀਆਂ ਨਾਲ ਤੋਲਦੇ ਹੁੰਦੇ ਸੀ ਫੜ ਕੇ, ਹੈ ਨਾ, ਕਣਕ ਤੋਲਣੀ ਵੱਡਾ ਬੋਲ ਲੱਗਾ ਜੀ, ਤਾਂ ਉਹਨਾਂ ਨੇ ਪੰਡ ਦੇ ਵਿੱਚ ਪਾਉਣ ਲਈ ਨਾ ਤਿੰਨ ਇੱਕ ਹੀ ਤਰੀਕਾ ਸੀ, ਉਹਨਾਂ ਨੇ ਕਹਿਣਾ ਵੀ ਇੱਕ ਏਕਮ ਕਹਿਣਾ ਉਹਨੂੰ ਜੀ, ਦੋਲੇ ਦੋ ਕਹਿਣਾ ਤੇ ਬਹੁਤੇ ਜੀ, ਤੀਜੇ ਨੂੰ ਉਹਨੇ ਕਹਿਣਾ ਵੀ ਬਹੁਤ। ਹੁਣ ਇਦੋਂ ਗਾਹਾਂ ਗਿਣਤੀ ਨਹੀਂ ਹੈਗੀ ਸਾਡੀ, ਇੰਨੀ ਕੀ ਆ, ਉਹਨਾਂ ਲਈ ਤਿੰਨ ਹੀ ਅਸੰਖ ਸੀਗਾ ਜੀ। ਜੀ ਹੁਣ ਜਿਵੇਂ ਪਰਮਾਤਮਾ ਦੇ ਸੰਬੰਧ 'ਚ ਜੇ ਆਪਾਂ ਕਹਿੰਦੇ ਹਾਂ ਕਿ ਉਹ ਅਸੰਖ ਆ, ਪਰ ਨਹੀਂ ਗਿਣਦੇ ਗਿਣਦੇ ਸਾਡੀ ਗਿਣਤੀ ਮੁੱਕ ਜਾਂਦੀ ਆ, ਸਾਨੂੰ ਨਹੀਂ ਪਤਾ ਉਹ ਅਸੰਖ ਹੈ ਕਿ ਨਹੀਂ ਆ। ਦੂਸਰਾ ਹੈਗਾ ਕਿ ਉਹ ਅਮਾਪ ਆ, ਸਾਡੇ ਮੈਜਰਮੈਂਟ ਦੇ ਤਰੀਕੇ ਲਿਮਿਟਿਡ ਨੇ, ਸਾਨੂੰ ਨਹੀਂ ਪਤਾ ਉਹਨੂੰ ਮੈਜਰ ਕੀਤਾ ਜਾ ਸਕਦਾ ਕਿ ਨਹੀਂ। ਤੀਸਰਾ ਕਿ ਉਹ ਅਸੀਮ ਆ, ਸਾਡੇ ਚੱਲਦੇ ਚੱਲਦੇ ਪੈਰ ਥੱਕ ਜਾਂਦੇ ਆ, ਹੋ ਸਕਦਾ ਕਿਤੇ ਹੋਵੇ ਹੀ ਗਾਹਾਂ ਉਹ। ਬਿਲਕੁਲ ਜੀ ਬਿਲਕੁਲ ਜੀ, ਇਸੇ ਕਰਕੇ ਕਹਿੰਦੇ ਹੁਣ ਤੁਸੀਂ ਅੱਜ ਸਾਡੇ ਵਿਦਵਾਨਾਂ ਦੇ ਵਿੱਚ ਨੇ ਬਹੁਤ ਦੌੜ ਲੱਗੀ ਆ, ਇੱਕ ਕਹਿੰਦੇ ਆ ਕਿ ਕੁਦਰਤ ਹੀ ਰੱਬ ਹੈ ਕਿ ਜੋਤ ਨੂੰ ਆਲੇ ਦੁਆਲੇ ਦਿਸਦਾ ਬਸ ਇਹੀ ਰੱਬ ਆ, ਇਹੀ ਇਹੀ ਆ। ਇੱਕ ਕਹਿੰਦੇ ਨਹੀਂ, ਇਹ ਤੋਂ ਬਿਨਾਂ ਵੀ ਇੱਕ ਵੱਖਰਾ ਹੈਗਾ, ਇਹ ਉਹਨੇ ਬਣਾਈ ਹੈ, ਇਹ ਸਮਾਇਆ ਹੋਇਆ, ਪਰ ਉਹਦੀ ਆਪਦੀ ਵੀ ਇੱਕ ਹੋਂਦ ਹੈਗੀ ਆ। ਮਿਸ ਮੈਂ ਇਹ ਗੱਲ ਵੈਸੇ ਮੰਨਣ ਵਾਲੀ ਆ, ਇੱਕ ਨਾ ਜਿਵੇਂ ਮੈਂ ਸੋਚਦੀ ਹਾਂ, ਮੇਰਾ ਆਪਣਾ, ਮੈਂ ਇਸ ਪੌੜੀ ਬਾਰੇ ਓਸ਼ੋ ਦੀ ਕਿਤਾਬ ਵੀ ਪੜ੍ਹੀ ਆ ਅਤੇ ਇੱਕ ਦੋ ਹੋਰ ਜਿਹੜੇ ਟੀਕਾਕਾਰ ਉਹਨਾਂ ਬਾਰੇ ਵੀ ਪੜ੍ਹਿਆ। ਹੁਣ ਆਪਾਂ ਬਾਬੇ ਨਾਨਕ ਦੀ ਜਦੋਂ ਸਕੂਲ ਜਾਣ ਵਾਲੀ ਨਹੀਂ ਗੱਲ ਕਰਦੇ, ਪਾਂਧੇ ਕੋਲ ਪੜ੍ਹਨ ਗਏ ਤਾਂ ਉਹਨਾਂ ਨੇ ਫੱਟੀ 'ਤੇ ਇੱਕ ਓਂਕਾਰ ਲਿਖਿਆ। ਹੁਣ ਦੇਖੋ ਜਿਹੜਾ ਉਹਦਾ ਟੀਚਰ ਸੀ ਉਸ ਟਾਈਮ ਦੇ ਉੱਤੇ, ਉਹ ਵੀ ਕਾਫੀ ਆਨੈਸਟ ਇਨਸਾਨ ਹੋਊਗਾ ਜਿਹੜਾ ਉਹਨੂੰ ਮੁੜ ਕੇ ਘਰ ਲੈ ਗਿਆ ਵੀ ਭਾਈ ਤੁਹਾਡਾ ਬੱਚਾ ਤਾਂ ਪਤਾ ਨਹੀਂ ਕਿਤੋਂ ਪੜ੍ਹ ਕੇ ਆਇਆ, ਤੋਂ ਮੈਂ ਇਹਨੂੰ ਪੜ੍ਹਾ ਨਹੀਂ ਸਕਦਾ ਕਿਉਂਕਿ ਇਹਦੇ ਸਵਾਲਾਂ ਦੇ ਮੇਰੇ ਕੋਲ ਜਵਾਬ ਨਹੀਂ ਹੈਗੇ। ਹੁਣ ਜੇ ਆਪਾਂ ਪ੍ਰੈਕਟੀਕੈਲਿਟੀ ਨਾਲ ਦੇਖੀਏ, ਉਹ ਇੱਕ ਛੋਟਾ ਬੱਚਾ ਸੀ ਬਾਬਾ ਨਾਨਕ ਉਸ ਟਾਈਮ ਦੇ ਉੱਤੇ, 5-6 ਸਾਲ ਦੀ ਉਮਰ ਹੋਣੀ ਆ, ਜਿਹੜੀ ਨੌਲੇਜ ਉੱਥੋਂ ਸੀਗੀ ਉਹਨਾਂ ਨੂੰ, ਮਤਲਬ ਇਟਸ ਇੰਪੋਸੀਬਲ, ਇੱਕ ਬੱਚੇ ਲਈ ਇੰਪੋਸੀਬਲ ਆ। ਹੁਣ ਫਿਰ ਸਾਨੂੰ ਜਿਹੜਾ ਪੁਨਰ ਜਨਮ ਦੇ ਵਿੱਚ ਵਿਸ਼ਵਾਸ ਕਰਨਾ ਪਊਗਾ, ਸ਼ਾਇਦ ਉਹਦੀ ਰੂਹ ਸੀ ਜਿਹੜੀ, ਉਹਦੀ ਆਤਮਾ ਸੀ, ਉਹਦੀ ਚੇਤਨਾ ਸੀ ਬਹੁਤ ਪੁਰਾਣੀ ਸੀ ਜਿਹੜੀ ਪਿਛਲੇ ਕਈ ਜਨਮਾਂ ਤੋਂ ਇਸ ਟੌਪਿਕ ਦੇ ਉੱਤੇ ਸਰਚ ਕਰ ਰਹੀ ਸੀ, ਤਾਂ ਫਾਈਨਲੀ ਉਹਨਾਂ ਨੂੰ ਜਿਹੜਾ ਸੀ ਉਹ ਐਨਲਾਈਟਮੈਂਟ ਹੋ ਗਈ ਸੀ, ਰੱਬ ਦੀ ਪ੍ਰਾਪਤੀ ਹੋ ਗਈ ਸੀ। ਪਰ ਉਹ ਜਿਵੇਂ ਆਪਾਂ ਕਿਹਾ ਅਸੰਖ ਅਮਾਪ, ਉਹ ਉਮਰ ਸ਼ਾਇਦ ਛੋਟੀ ਰਹਿ ਗਈ ਹੋਣੀ ਆ ਜਿਹੜਾ ਉਹਨਾਂ ਨੂੰ ਨੈਕਸਟ ਬਰਥ ਦੇ ਵਿੱਚ ਕੰਟੀਨਿਊ ਕਰਨਾ ਪਿਆ, ਕਿਉਂਕਿ ਇਹ ਇਤਨੀਆਂ ਗੱਲਾਂ ਨੇ ਜੀ। ਹੁਣ ਅਸੀਂ ਭਾਈ ਗੁਰਦਾਸ ਦੀ ਬਾਣੀ ਅਥੈਂਟਿਕ ਬਾਣੀ ਆ ਜੀ, ਉਹਦੇ ਵਿੱਚ ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਪਾਤਸ਼ਾਹੀ ਜ਼ਿੰਦਗੀ ਬਾਰੇ ਕਈ ਸਾਖੀਆਂ ਦਾ ਵਰਣਨ ਕੀਤਾ। ਹੁਣ ਉਹ ਸਾਖੀਆਂ ਵੀ ਚਮਤਕਾਰੀ ਲੱਗਦੀਆਂ ਸੁਣਨ ਪੜ੍ਹਨ ਨੂੰ, ਉਹ ਨਾ ਤੁਹਾਨੂੰ ਲੱਗਦੀਆਂ ਨਹੀਂ ਨਹੀਂ ਆ ਤਾਂ ਉੱਦਾਂ ਹੀ ਲੱਗਦੀ ਆ, ਪਰ ਗੁਰੂ ਅਰਜਨ ਦੇਵ ਜੀ ਨੇ ਕਿਹਾ ਕਿ ਭਾਈ ਗੁਰਦਾਸ ਦੀ ਬਾਣੀ ਹੈ ਜਿਹੜੀ, ਇਹ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਹੈ। ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਪ੍ਰੋਪਰਲੀ ਸਮਝਣਾ ਤਾਂ ਭਾਈ ਗੁਰਦਾਸ ਦੀਆਂ 12 ਨੂੰ ਪਹਿਲਾਂ ਸਮਝੋ, ਤੁਹਾਡਾ ਬੇਸ ਬਣ ਜੂਗਾ, ਫਿਰ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਮਝ ਆਊਗੀ। ਹੁਣ ਇਹ ਜਿੱਥੇ ਪਰਮਾਤਮਾ ਦੀ ਗੱਲ ਕਰਦੇ ਆ, ਜਦੋਂ ਗੁਰੂ ਨਾਨਕ ਪਾਤਸ਼ਾਹ ਬਗਦਾਦ ਜਾਂਦੇ ਆ ਜੀ, ਉੱਥੇ ਜਾ ਕੇ ਸਵੇਰੇ ਸਵਖਤੇ ਸਵਖਤੇ ਉਹਨਾਂ ਨੇ ਉੱਠੇ, ਬਾਹਰਲਾ ਮਾਹੌਲ ਬੜਾ ਸੋਹਣਾ ਸੀ ਅਤੇ ਬਗਦਾਦ ਦੇ ਵਿੱਚ ਮਿਊਜ਼ਿਕ ਬੈਨ ਸੀਗਾ, ਉਹ ਸ਼ੈਤਾਨ ਸਮਝਦੇ ਮਿਊਜ਼ਿਕ ਨੂੰ, ਤਾਂ ਮਹਾਰਾਜ ਨੇ ਮਰਦਾਨੇ ਨੂੰ ਕਿਹਾ ਕਿ ਰਬਾਬ ਚੱਕ ਬਾਣੀ ਆਈ ਆ,
ਜਦੋਂ ਉਹਨਾਂ ਨੇ ਬਾਣੀ ਦੀ ਇੱਕ ਤੁਕ ਪੜ੍ਹੀ ਜਿਹੜੀ ਕਹਿੰਦੀ ਆ ਕਿ ਲੱਖ ਪਤਾਲ ਅਤੇ ਲੱਖ ਆਕਾਸ਼ ਜੀ ਇਸ ਦੁਨੀਆਂ ਦੇ ਵਿੱਚ ਹੈਗੇ, ਤਾਂ ਉੱਥੇ ਤਰਥੱਲੀ ਮੱਚ ਗਈ ਜੀ। ਭਾਈ ਗੁਰਦਾਸ ਜੀ ਨੇ ਵਰਣਨ ਆਪਣੀ ਵਾਰ 'ਚ ਕੀਤਾ ਹੋਇਆ ਜੀ। ਉਹ ਕਹਿੰਦੇ ਵੀ ਉੱਥੋਂ ਦਾ ਪੀਰ ਵੀ ਗੁੱਸੇ ਹੋ ਗਿਆ, ਲੋਕ ਇਕੱਠੇ ਹੋ ਗਏ, ਉਹ ਕਹਿੰਦੇ ਸੰਗਸਾਰ ਕਰੋ ਵੀ ਇਹਨੂੰ ਇੱਟਾਂ ਮਾਰੋ, ਇੱਟਾਂ ਮਾਰ ਕੇ ਮਾਰ ਦਿਓ ਇਹ ਬੰਦਾ। ਜਿਹੜੀ ਮੁਸਲਿਮ ਧਰਮ ਦੀ ਇੱਕ ਮਰਿਆਦਾ ਹੈ ਜੀ, ਜਿਹ 'ਚ ਸੱਤ ਆਕਾਸ਼ ਅਤੇ ਸੱਤ ਪਤਾਲ ਮੰਨੇ ਗਏ ਹੈ ਜੀ ਇਸਲਾਮ ਦੇ ਵਿੱਚ, ਕਿ ਸੱਤਵੇਂ ਆਕਾਸ਼ 'ਤੇ ਪਰਮਾਤਮਾ ਰਹਿੰਦਾ। ਇਹ ਕਹਿੰਦਾ ਲੱਖ ਆਕਾਸ਼ ਲੱਖ ਪਤਾਲ ਹੈ ਨਾ, ਇਹ ਤਾਂ ਸਾਡੇ ਧਰਮ ਨੂੰ ਕੰਡੈਮ ਕਰ ਰਿਹਾ। ਉਹਨਾਂ ਨੇ ਕਹਿੰਦੇ ਵੀ ਇੱਟਾਂ ਮਾਰ ਕੇ ਨਾ ਮਾਰਨ ਦੀ ਕੋਸ਼ਿਸ਼ ਕੀਤੀ, ਪਰ ਗੁਰੂ ਨਾਨਕ ਦੇਵ ਜੀ ਦੀ ਕੋਈ ਅਗੰਮੀ ਸ਼ਕਤੀ ਨਾਲ ਜਿੱਥੇ ਇੱਟਾਂ ਚੱਕੀਆਂ ਉੱਥੇ ਜਾਮ ਹੋ ਗਏ ਬੰਦੇ। ਹੁਣ ਭਾਈ ਗੁਰਦਾਸ ਨੇ ਲਿਖਿਆ ਇਹ, ਹੁਣ ਮੈਨੂੰ ਕਈ ਵਾਰੀ ਸਮਝ ਨਹੀਂ ਆਉਂਦੀ ਵੀ ਅਸੀਂ ਕਿਹਨੂੰ ਮੰਨੀਏ। ਜੇ ਤਾਂ ਚਮਤਕਾਰੀ ਗੱਲ ਆ ਤਾਂ ਅਸੀਂ ਇਹਨੂੰ ਛੱਡ ਦਈਏ, ਪਰ ਕਿਉਂਕਿ ਲਿਖੀ ਭਾਈ ਗੁਰਦਾਸ ਦੀ ਹੋਈ ਆ, ਅਥੈਂਟਿਕ ਵੀ ਹੈਗੀ ਆ, ਇਹਨੂੰ ਅਸੀਂ ਛੱਡ ਵੀ ਨਹੀਂ ਸਕਦੇ। ਹੁਣ ਕਹਿੰਦੇ ਪੀਰ ਜੀ ਨੂੰ ਗੁਰੂ ਨਾਨਕ ਪਾਤਸ਼ਾਹ ਦੀ ਆਵਾਜ਼ ਤਾਂ ਬੜੀ ਪਿਆਰੀ ਲੱਗੀ, ਉਹਦੇ ਵਿੱਚ ਤੰਤ ਵੀ ਲੱਗਿਆ, ਪਰ ਉਹ ਕਹਿੰਦੇ ਵੀ ਤੁਸੀਂ ਇਹ ਕਿਵੇਂ ਕਹਿਤਾ ਕਿ ਲੱਖ ਆਕਾਸ਼ ਲੱਖ ਪਤਾਲ। ਸਾਡੇ ਧਰਮ ਮੁਤਾਬਕ ਹਜ਼ਰਤ ਮੁਹੰਮਦ ਨੇ ਸੱਤ ਦੀ ਗੱਲ ਕੀਤੀ। ਉਹ ਕਹਿੰਦੇ ਵੀ ਤੁਸੀਂ ਵੀ ਸੱਚੇ ਹੋ, ਤੁਸੀਂ ਵੇਖੇ ਨਹੀਂ ਜੀ, ਤੁਸੀਂ ਸੱਤ ਹੀ ਵੇਖੇ ਹੋਣਗੇ। ਮੈਂ ਲੱਖ ਵੇਖੇ ਆ, ਲੱਖਾਂ ਹੀ ਵੇਖਿਆ, ਅਣਗਿਣਤ ਵੇਖਿਆ ਮੈਂ ਤਾਂ ਜੀ। ਮੈਂ ਤਾਂ ਉਹਨੇ ਉਹ ਕਹਿੰਦੇ ਵੀ ਇੱਦਾਂ ਇੱਦਾਂ ਨਹੀਂ ਸੀ ਮੰਨਦੇ, ਫਿਰ ਸਾਨੂੰ ਦਿਖਾਓ, ਸਾਨੂੰ ਦਿਖਾਓ ਜੇ ਲੱਖਾਂ ਹੀ ਨੇ ਤਾਂ ਮੈਨੂੰ ਦਿਖਾ ਦਿਓ ਜੀ। ਅਤੇ ਗੁਰੂ ਨਾਨਕ ਪਾਤਸ਼ਾਹ ਉਹਦੇ ਵਿੱਚ ਭਾਈ ਗੁਰਦਾਸ ਜੀ ਕਹਿੰਦੇ ਨਾਲ ਲਿੱਤਾ ਬੇਟਾ ਪੀਰ ਦਾ ਅੱਖੀਂ ਮੀਟ, ਉਹਨੂੰ ਕਹਿੰਦੇ ਵੀ ਅੱਖਾਂ ਬੰਦ ਕਰ, ਗਿਆ ਹਵਾਈ ਲੱਖ ਪਤਾਲ ਆਕਾਸ਼ ਲੱਖ ਅੱਖ ਫਰਕ ਵਿੱਚ ਸਭ ਦਿਖਲਾਏ। ਕਹਿੰਦੇ ਉਹਦਾ ਛੋਟਾ ਬੱਚਾ ਸੀ, ਉਹ ਕਹਿੰਦੇ ਆ ਬੱਚੇ ਨੂੰ ਮੇਰੇ ਨਾਲ ਭੇਜ ਦੇ, ਕਿਤੇ ਨਹੀਂ ਗਏ, ਉੱਥੇ ਬੈਠੇ ਸੀ। ਉਹਨਾਂ ਨੇ ਆਪਣੇ ਤਰੀਕੇ ਨਾਲ ਉਹਨੂੰ ਕਿਹਾ ਤੂੰ ਇੱਦਾਂ ਕਰਕੇ ਅੱਖਾਂ ਬੰਦ ਕਰ ਲਾ, ਕੋਈ ਮੈਡੀਟੇਸ਼ਨ ਕਰਾਈ ਕਹਿ ਲਓ ਜੀ, ਕੋਈ ਤਰੀਕਾ ਆਪਣੀ ਵਿਧੀ ਨਾਲ, ਤਾਂ ਉਹਨੂੰ ਬਸ ਅੱਖਾਂ ਮੀਟਣ ਸਾਰ ਹੀ ਉਹਨੂੰ ਲੱਖ ਆਕਾਸ਼ ਪਤਾਲ ਆ ਜਿਹੜੇ ਦਰਸ਼ਨ ਹੋ ਗਏ ਜੀ। ਹੁਣ ਭਾਈ ਗੁਰਦਾਸ ਜੀ ਇਹ ਲਿਖਦੇ ਆ, ਇਹ ਵਾਰ ਆ ਭਾਈ ਗੁਰਦਾਸ ਜੀ ਦੀ। ਉਹ ਕਹਿੰਦੇ ਫਿਰ ਮੰਨਣਾ ਪੈਣਾ ਸੀਗਾ ਸਾਰਿਆਂ ਨੂੰ, ਬੱਚਾ ਕੇ ਦੱਸਦਾ ਵੀ ਬਾਕੀ ਉੱਥੇ ਨਹੀਂ ਕੋਈ ਪਤਾ ਲੱਗਦਾ ਕੀ ਕੁਛ ਉੱਡਿਆ ਫਿਰਦਾ, ਕਿੰਨੀਆਂ ਧਰਤੀਆਂ ਉੱਡੀਆਂ ਫਿਰਦੀਆਂ ਨੇ, ਹੈ ਨਾ। ਸੋ ਉਹਦੇ ਬਾਰੇ 'ਚ ਕੋਈ ਇੱਕ ਸਟੇਟਮੈਂਟ ਦੇ ਕੇ ਫਿਰ ਪਛਤਾਉਣਾ ਹੀ ਪੈਂਦਾ ਜੀ। ਜਿਹੜਾ ਕੋਈ ਰੱਬ ਬਾਰੇ ਕੋਈ ਵੀ ਸਟੇਟਮੈਂਟ ਦਊਗਾ ਉਹਦੇ ਸਿਰ ਫਿਰ ਭਾਰ ਹੋਏਗਾ ਜੀ ਜੀ। ਅਖਰੀ ਨਾਮ ਅਖਰੀ ਸਾਲਾ, ਹੁਣ ਇੱਥੇ ਲੈਂਗੁਏਜ ਦੀ ਗੱਲ ਕਰਦੇ ਆ ਜੀ, ਅੱਖਰ ਦੀ, ਗਿਆਨ ਅੱਖਰ, ਹੈ ਨਾ। ਹੁਣ ਅੱਖਰ ਦੇ ਬਾਰੇ ਬਹੁਤ ਵੱਡਾ ਵਿਗਿਆਨ, ਜਿਹੜਾ ਅਸਲੀ ਅੱਖਰ ਆ ਉਹ ਇੱਕ ਓਂਕਾਰ ਆ ਸਾਡੇ ਲਈ, ਸਿੱਖਾਂ ਲਈ, ਸਿੱਖਾਂ ਲਈ, ਹੈ ਨਾ। ਬਾਕੀ ਧਰਮਾਂ ਲਈ ਵੱਖਰਾ ਸ਼ਬਦ ਵੀ ਕੋਈ ਹੋ ਸਕਦਾ ਉਹਨਾਂ ਦੀ ਲੈਂਗੁਏਜ ਮੁਤਾਬਕ। ਅੱਖਰ ਦਾ ਮਤਲਬ ਹੁੰਦਾ ਆੜਾ ਮੂਹਰੇ ਲੱਗ ਗਿਆ ਨਾਂ ਵਾਚਕ ਅਤੇ ਖਰ ਲੱਗ ਗਿਆ ਖਰ ਜਾਣ ਵਾਲਾ। ਅੱਖਰ ਦਾ ਮਤਲਬ ਹੈਗਾ ਜਿਹੜਾ ਕਦੇ ਖਤਮ ਨਹੀਂ ਹੁੰਦਾ, ਕਦੇ ਖਰਦਾ ਨਹੀਂ। ਹੁਣ ਜਿਹੜੇ ਅੱਖਰ ਅਸੀਂ ਲਿਖਦੇ ਹਾਂ ਇਹ ਲਿਖੇ ਵੀ ਜਾਂਦੇ ਆ, ਮਿਟ ਵੀ ਜਾਂਦੇ ਆ, ਪਰ ਇੱਕ ਅੱਖਰ ਇਸ ਦੁਨੀਆਂ 'ਤੇ ਇਹੋ ਜਿਹਾ ਜਿਹੜਾ ਨਾ ਲਿਖਿਆ ਜਾਂਦਾ ਨਾ ਮਿਟਦਾ, ਉਹ ਏਕੰਕਾਰ ਦੀ ਧੁਨੀ ਆ ਜਿਹੜੀ ਉਹਦੀ ਗੱਲ ਕਰ ਰਹੇ ਆ ਜੀ। ਉਹਦੇ ਵਿੱਚ ਸਾਰਾ ਕੁਛ ਆ। ਉਹ ਕਹਿੰਦੇ ਅੱਖਰੀ ਨਾਮ, ਹੁਣ ਕੀ ਆ ਅਸੀਂ ਕਿਸੇ ਦਾ ਨਾਂ ਲੈਣਾ ਉਹ ਵੀ ਅੱਖਰਾਂ 'ਚ ਮੰਨਿਆ ਹੋਇਆ, ਕਿਸੇ ਦੀ ਸਿਫਤ ਕਰਨੀ ਆ ਉਹ ਵੀ ਅੱਖਰਾਂ ਨਾਲ ਹੀ ਕਰਾਂਗੇ। ਜੇ ਮੈਂ ਕਿਸੇ ਦੀ ਵਡਿਆਈ ਸਿਫਤ ਕਰਨੀ ਚਾਹੁੰਦਾ ਮੇਰੇ ਕੋਲ ਹੋਰ ਕੀ ਤਰੀਕਾ, ਸ਼ਬਦਾਂ ਨਾਲ ਹੀ ਕਰੋ, ਸ਼ਬਦਾਂ ਨਾਲ ਜੀ। ਅੱਖਰੀ ਗਿਆਨ ਜੀ, ਗੀਤ ਗੁਣ ਗਾ, ਜਿਹੜਾ ਸਾਡਾ ਗਿਆਨ ਆ, ਅਸੀਂ ਗਿਆਨ ਦੀਆਂ ਗੱਲਾਂ ਕਰਦੇ ਹਾਂ ਇਹ ਵੀ ਅੱਖਰਾਂ 'ਚ ਹੀ ਕਰਦੇ ਹਾਂ। ਜੇ ਸਾਡੇ ਕੋਲ ਅੱਖਰ ਨਾ ਹੋਣ ਤਾਂ ਇਹ ਗਿਆਨ ਵੀ ਨਹੀਂ ਹੋ ਸਕਦਾ ਜੀ। ਅਤੇ ਜੇ ਕੋਈ ਗੀਤ ਗਾਉਂਦੇ ਆ ਉਹਦੀ ਸਿਫਤ ਸਲਾਹ ਕਰਦੇ ਆ ਉਹ ਵੀ ਅੱਖਰਾਂ ਦੇ ਵਿੱਚ ਹੀ ਆ। ਅੱਖਰ ਇੱਕ ਬੇਸਿਕਲੀ ਲੈਂਗੁਏਜ ਆ ਜੀ, ਬੋਲੀ, ਹੈ ਨਾ, ਜਿਹਦੇ ਨਾਲ ਅਸੀਂ ਜਿਹੜੇ ਆਪਣੇ ਮਨ ਦੇ ਹਾਵ ਭਾਵ ਆ ਇੱਕ ਦੂਸਰੇ ਇਨਸਾਨ ਤੱਕ ਪਹੁੰਚਾਉਂਦੇ ਆ। ਬਿਲਕੁਲ ਜੀ, ਅੱਖਰੀ ਲਿਖਣ ਬੋਲਣ ਬਾਣ ਜੀ, ਜਿਹੜੀ ਸਾਡੀ ਬਾਣੀ ਆ ਜੀ ਉਹ ਵੀ ਅੱਖਰਾਂ 'ਚ ਆ, ਲਿਖਿਆ ਹੋਇਆ ਉਹ ਵੀ ਅੱਖਰਾਂ 'ਚ ਆ, ਬੋਲਿਆ ਹੋਇਆ ਉਹ ਵੀ ਅੱਖਰਾਂ 'ਚ ਬੋਲਦੇ ਹਾਂ ਅਸੀਂ ਜੀ। ਅੱਖਰਾਂ ਸਿਰ ਸੰਜੋਗ ਬਖਾਣ ਜੀ, ਹੁਣ ਜੇ ਪਰਮਾਤਮਾ ਨਾਲ ਸਾਡਾ ਸੰਜੋਗ ਬਣਦਾ ਜੀ ਤਾਂ ਵੀ ਸ਼ਬਦਾਂ ਦੇ ਰਾਹੀਂ ਆ ਜੀ, ਅਸੀਂ ਉਹਦੀ ਬਾਣੀ ਪੜ੍ਹੀ, ਉਹਦੇ ਗੁਣ ਗਾਏ, ਉਹਦਾ ਨਾਮ ਜਪਿਆ, ਅੱਖਰਾਂ ਨਾਲ ਹੀ ਸੰਜੋਗ ਬਣਿਆ। ਜਾਂ ਸਧਾਰਨ ਦੁਨੀਆਂ 'ਚ ਵੀ ਦੇਖੋ ਕਿਸੇ ਦਾ ਰਿਸ਼ਤਾ ਹੀ ਹੁੰਦਾ, ਮੈਨੂੰ ਹੁਣ ਅੱਜ ਦੀ ਐਗਜ਼ੈਂਪਲ ਨਾਲ ਜੇ ਆਪਾਂ ਕਹੀਏ ਵੀ ਇੱਕ ਮੁੰਡਾ ਕੁੜੀ ਕਾਲਜ ਪੜ੍ਹਦੇ ਜੀ, ਉਹਨਾਂ ਦੇ ਆਪਸ 'ਚ ਪਹਿਲਾਂ ਡਾਇਲੋਗ ਹੋਊਗਾ, ਨਾਂ ਪਤਾ ਥਾਂ ਪੁੱਛਿਆ ਜਾਊ ਜੀ, ਹੌਲੀ ਹੌਲੀ ਉਹਨਾਂ ਦਾ ਰਿਲੇਸ਼ਨ ਕ੍ਰੀਏਟ ਹੋਊ। ਰਿਲੇਸ਼ਨ ਕਾਹਦੇ ਨਾਲ ਹੁੰਦਾ? ਵਰਡਸ ਨਾਲ, ਵਰਡਸ ਨਾਲ ਹੀ ਹੁੰਦਾ। ਸੋ ਮਹਾਰਾਜ ਨੇ ਕਿਹਾ ਕਿਸੇ ਨਾਲ ਵੀ ਜਿਹੜਾ ਰਿਸ਼ਤਾ ਅੱਖਰਾਂ ਨਾਲ ਹੀ ਬਣਦਾ, ਜਿਨ ਇਹ ਲਿਖੇ ਤੇ ਸਿਰ ਨਾਹੀਂ ਜੀ। ਹੁਣ ਕਹਿੰਦੇ ਵੀ ਜਿਹੜੇ ਪਰਮਾਤਮਾ ਨੇ ਇਹ ਅੱਖਰ ਲਿਖੇ ਨੇ, ਬਣਾਏ ਨੇ, ਪਰ ਇਹ ਉਹਦੇ ਤੇ ਲਾਗੂ ਨਹੀਂ ਹੁੰਦੇ, ਉਹਨੂੰ ਕਿਸੇ ਅੱਖਰ ਨਾਲ ਲਿਖਿਆ ਨਹੀਂ ਜਾ ਸਕਦਾ। ਇਹ ਦੇਖੋ ਬੜੀ ਸੋਹਣੀ ਗੱਲ ਆ, ਇਹ ਐਗਜ਼ਾਮਪਲ ਉਦਾਂ ਦੀ ਦੱਸਤੀ ਤੁਸੀਂ ਜੀ ਜੀ,
ਕਿ ਜਿਵੇਂ ਤੁਸੀਂ ਕਿਹਾ ਉਹਨੂੰ ਕਿਸੇ ਅੱਖਰ ਨਾਲ ਨਹੀਂ ਲਿਖਿਆ ਜਾ ਸਕਦਾ। ਹੁਣ ਫੋਰ ਐਗਜ਼ਾਮਪਲ ਜਿਵੇਂ ਇੱਕ ਵਾਰੀ ਪਿਛਲੇ ਕਿਸੇ ਐਪੀਸੋਡ 'ਚ ਗੱਲ ਕੀਤੀ ਸੀ ਆਪਾਂ ਪੇਂਟਿੰਗ ਦੀ, ਜੀ ਜੀ ਫੋਰ ਐਗਜ਼ਾਮਪਲ ਮੂਨ ਦੀ ਰਿਫਲੈਕਸ਼ਨ ਲਾ ਲਓ ਆਪਾਂ, ਜਾਂ ਕਿਸੇ ਚੀਜ਼ ਦੀ ਰਿਫਲੈਕਸ਼ਨ ਆ ਜਿਹੜੀ ਪਾਣੀ 'ਚ ਪੈਂਦੀ ਆ, ਹਾਂਜੀ ਹਾਂਜੀ, ਜਾਂ ਅਸੀਂ ਆਪਣੇ ਆਪ ਨੂੰ ਹੀ ਇਮੇਜ ਨੂੰ ਮਿਰਰ ਦੇ ਵਿੱਚ ਦੇਖਦੇ ਹਾਂ, ਸੱਚ ਕਿਹੜਾ ਆ, ਸ਼ੀਸ਼ੇ ਦੇ ਦੂਸਰੇ ਪਾਸੇ ਵਾਲਾ ਜਿਹੜਾ ਇੱਧਰ ਖੜਾ ਆ, ਜਾਂ ਜੇ ਅਸੀਂ ਕਿਸੇ ਟ੍ਰੀ ਦੀ ਜਾਂ ਕਹਿ ਲਓ ਚੰਦ ਦੀ ਪ੍ਰਤਿਮਾ ਦੇਖਦੇ ਹਾਂ ਪਾਣੀ ਦੇ ਵਿੱਚ, ਤਾਂ ਜੇ ਪਾਣੀ 'ਚ ਕਹਿ ਲਓ ਪੱਥਰ ਮਾਰੋ ਤਾਂ ਥੱਲੇ ਵਾਲਾ ਤਾਂ ਮਿਟ ਜਾਂਦਾ ਆ, ਪਰ ਜਿਹੜਾ ਸੱਚ ਆ ਉਹ ਸੱਚ ਹੀ ਰਹਿੰਦਾ। ਆਈ ਥਿੰਕ ਪਰਮਾਤਮਾ ਦੇ ਸੰਬੰਧ ਦੇ ਵਿੱਚ ਇਹ ਸੱਚ ਆ ਕਥਨ, ਕਿ ਜੇ ਅਸੀਂ ਅੱਖਰਾਂ ਦੇ ਨਾਲ ਉਹਨੂੰ ਐਕਸਪਲੇਨ ਕਰਾਂਗੇ ਤਾਂ ਅੱਖਰ ਤਾਂ ਇਰੇਜ਼ ਕਰ ਦਾਂਗੇ, ਇਹਦਾ ਮਤਲਬ ਇਹ ਥੋੜ੍ਹੀ ਪਰਮਾਤਮਾ ਇਰੇਜ਼ ਹੋ ਜਾਊਗਾ। ਹੁਣ ਪਿਛਲੇ ਦਿਨੀ ਜੀ ਤੁਸੀਂ ਸੁਣਿਆ ਹੋਣਾ ਕਿ ਅਮਰੀਕਾ ਤੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜੀ ਕਿਹੜੇ ਤਰੀਕੇ ਨਾਲ ਉਹਨਾਂ ਬਾਕਸਿਆਂ 'ਚ ਧਰ ਕੇ ਵੀ ਪੁਰਾਣੇ ਸਰੂਪ ਹੋ ਗਏ ਜੀ, ਇਹਨਾਂ ਦਾ ਉੱਥੇ ਜਾ ਕੇ ਸੰਸਕਾਰ ਕਰਨ ਜੀ, ਇਹਦੇ ਨਾਂ 'ਤੇ ਵੀ ਸਾਡੀ ਬਹੁਤ ਵੱਡੀ ਧਰੋਹਰ, ਜਿਹੜਾ ਸਾਡਾ ਖਜ਼ਾਨਾ ਹੈਗਾ ਸਾਹਿਤ ਦਾ, ਪੁਰਾਤਨ ਚੀਜ਼ਾਂ ਨੂੰ ਡਿਸਟਰੋਏ ਕੀਤਾ ਜਾਂਦਾ, ਸਿੱਖਾਂ ਨੂੰ ਇਹਦੇ ਲਈ ਵੀ ਅੱਖਾਂ ਖੋਲਣੀਆਂ ਚਾਹੀਦੀਆਂ ਨੇ ਕਿ ਕੋਈ ਗ੍ਰੰਥ ਆ ਜਿਹੜੇ ਪੁਰਾਣੇ ਨਹੀਂ ਹੁੰਦੇ, ਉਹਨਾਂ ਨੂੰ ਸੰਭਾਲ ਕੇ ਉਹ ਸਾਡੇ ਰੈਫਰੈਂਸ ਨੇ, ਜੇ ਅਸੀਂ ਉਹਨਾਂ ਨੂੰ ਅੱਗ 'ਚ ਪਾ ਕੇ ਸਾੜ ਦੇਵਾਂਗੇ, ਇਹ ਕਹਿ ਕੇ ਕਿ ਪੁਰਾਤਨ ਸਰੂਪਾਂ ਦੀ ਬੇਅਦਬੀ ਹੋ ਰਹੀ ਹੈ ਜੀ, ਹੁਣ ਇਹਨਾਂ ਦਾ ਕੁਛ ਨਹੀਂ, ਇਹਨਾਂ ਦੇ ਫਿੱਕੇ ਪੈ ਗਏ ਅੱਖਰ ਨਹੀਂ, ਬਿਲਕੁਲ ਲਿਟਰੇਚਰ ਹੈ ਜੀ, ਉਹਨੂੰ ਤਾਂ ਸਾਂਭ ਕੇ ਰੱਖਣਾ ਚਾਹੀਦਾ, ਧਰੋਹਰ ਹੈ ਸਾਡੀ ਉਹ ਤਾਂ, ਬਿਲਕੁਲ ਜੀ, ਹਾਂਜੀ ਹਾਂਜੀ, ਨਾਲੇ ਜਿੰਨੀ ਕੋਈ ਚੀਜ਼ ਪੁਰਾਣੀ ਹੈਗੀ ਆ, ਅਥੈਂਟਿਕ ਆ, ਫਲਾਂ ਸੰਨ 'ਚ ਲਿਖੀ ਸੀਗੀ, ਉਹ ਇੱਕ ਰੈਫਰੈਂਸ ਪੁਆਇੰਟ ਆ ਸਾਡੇ ਕੋਲ ਜੀ। ਸੋ ਸਾਡੀ ਬਾਣੀ, ਮੈਂ ਤਾਂ ਜਿਹੜੇ ਬਾਕੀ ਧਰਮਾਂ ਵਾਲੇ ਨੇ ਜਾਂ ਕਹਿ ਲਓ ਕਬੀਰ ਪੰਥੀ ਲੋਕ ਨੇ, ਰਵਿਦਾਸ ਜੀ ਨੂੰ ਮੰਨਣ ਵਾਲੇ ਲੋਕ ਨੇ ਜੀ, ਹੈ ਨਾ, ਉਹਨਾਂ ਲਈ ਵੀ ਤੁਸੀਂ ਦੇਖੋ ਗੁਰੂ ਗ੍ਰੰਥ ਸਾਹਿਬ ਇੱਕ ਇਹੋ ਜਿਹੀ ਚੀਜ਼ ਬਣ ਗਿਆ ਕਿ ਉਹਨਾਂ ਦੀ ਬਾਣੀ ਸੰਭਾਲ ਕੇ ਅਥੈਂਟਿਕ ਤਰੀਕੇ ਨਾਲ ਗੁਰੂ ਗ੍ਰੰਥ ਸਾਹਿਬ 'ਚ ਸਾਂਭੀ ਪਈ, ਸਾਂਭੀ ਪਈ ਹੈ ਬਿਲਕੁਲ। ਮੈਂ ਉਹਨੂੰ ਕਈ ਵਾਰ ਐਂ ਦੇਖਦਾ ਵੀ ਸਿੱਖਾਂ ਨੇ ਬਾਣੀ ਤੋਂ ਲਾਹਾ ਤਾਂ ਬਹੁਤਾ ਨਹੀਂ ਲਿਆ, ਮੈਂ ਆਮ ਵਨ ਆਫ ਦੈਮ, ਅਸੀਂ ਨਾ ਬਾਣੀ ਸਵਾਰ ਕੇ ਪੜ੍ਹੀ, ਨਾ ਸਮਝੀ, ਨਾ ਉਹ 'ਤੇ ਅਮਲ ਕੀਤਾ ਜੀ। ਮੈਨੂੰ ਲੱਗਦਾ ਬਾਣੀ ਗੁਰੂ ਸਾਹਿਬ ਨੇ ਨਾ ਸਾਰੀ ਦੁਨੀਆਂ ਲਈ ਲਿਖੀ ਆ, ਬਿਲਕੁਲ ਜੀ, ਸਾਰੇ ਦੁਨੀਆਂ ਲਈ, ਅਤੇ ਸਾਨੂੰ ਇਹਦੇ ਚੌਂਕੀਦਾਰ ਬਣਾਇਆ ਜੀ, ਤੁਸੀਂ ਡਾਂਗ ਲੈ ਕੇ ਇੱਥੇ ਪਹਿਰਾ ਦੇਣਾ, ਪਹਿਰਾ ਦੇਣ ਤੁਸੀਂ ਫਿਰ ਵੀ ਕਾਮਯਾਬ ਆ। ਮੈਂ ਸਮਰ, ਸੋਰੀ, ਮੈਂ ਤੁਹਾਨੂੰ ਕੱਟ ਕਰਨਾ ਪੈਣਾ ਇੱਥੋਂ ਜੀ, ਆਪਾਂ ਅਗਲੇ ਐਪੀਸੋਡ 'ਚ ਕੰਟੀਨਿਊ ਕਰਾਂਗੇ, ਅਤੇ ਇਸ ਦੇ ਨਾਲ ਹੀ ਪ੍ਰੋਗਰਾਮ ਦਾ ਸਮਾਂ ਸਮਾਪਤ ਹੁੰਦਾ ਜੀ। ਇਜਾਜ਼ਤ ਦਿਓ ਜੀ, ਧੰਨਵਾਦ।